पंजाब विच सरकारां भी कई बार बदलियां, बठिंडा नगर निगम के मेयर काउंसलर भी कई बार बदले, पर अज तक नहीं बदली सिरकी बाजार की किस्मत। बाजार दे विच ज्यों दी त्यों पानी खड़ा रहिंदा है। इस मौके पर बाजार के प्रधान का कहना है कि जब भी बठिंडा विच मीह पैंदा है तो सिरकी बाजार विच 3-4 फुट पानी भर जाता है और सब दुकाना बंद हो जांदियां हन। कोई भी व्हीकल नहीं लंघ सकता, ना ही पानी विच लंघ के कोई ग्राहक आउंदा है। पंजाब अते स्थानक सरकारां बदलदियां रहिंदियां हन, पर सिरकी बाजार विच खंड वाले मीह दे पानी दा कढ़न लई किसी ने प्रबंध नहीं कीता। सर अज तां पहली गल तां रात इन्ना मीह वी नहीं पिया जिन्ना पानी खड़ा जी। नंबर दो ते साडे सारीयां दुकानां बंद पईयां जी। परसों एतवार आ जी, की करांगे, इन्ने इन्ने किराए बाजार दुकानां दे, जिहदा कोई हिसाब नहीं। समस्या साडी पानी दी उवें दी उवें है जी। ਪਹਿਲਾਂ ਅਕਾਲੀ ਸਰਕਾਰ ਵੀ ਆਈ, ਫਿਰ ਕਾਂਗਰਸ, ਸਭ ਝੂਠੇ ਵਾਅਦੇ ਆ, ਸਾਰੇ ਕੁਛ ਨਹੀਂ ਹੈ, ਕੁਛ ਨਹੀਂ ਹੈ, ਸਭ ਕੁਛ ਉਵੇਂ ਦੇ ਉਵੇਂ ਹੀ ਹੈ ਜੀ। ਕੋਈ ਸਮੱਸਿਆ ਨਹੀਂ ਹੱਲ ਹੋਈ ਸਾਡੇ ਕੋਈ ਮੈਨੂੰ। ਇਸ ਦੇ ਹੱਲ ਲਈ ਕਾਫੀ ਪੈਸਾ ਵੀ ਲਾਇਆ ਗਿਆ ਸਾਰਾ, ਸਾਡੇ ਸਮਝ ਤੋਂ ਬਾਹਰ ਆ ਜੀ, ਕਿਵੇਂ ਪੈਸਾ ਲੱਗ ਰਿਹਾ, ਕਿਵੇਂ ਕੰਮ ਹੋ ਰਿਹਾ, ਪਰ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੋਇਆ। ਪਾਣੀ ਸਾਡਾ ਉਵੇਂ ਦੇ ਉਵੇਂ ਹੀ ਹੈ। ਹੁਣ ਇਹ ਪਾਣੀ ਕਿੰਨੇ ਕੇਰ ਗਿਆ ਜੀ ਅਤੇ ਕਿੰਨੇ ਕਿੰਨੇ? ਇਹ ਸਰ ਪਾਣੀ ਘੱਟੋ ਘੱਟ ਜਲੇਬੇ ਵਾਲੇ ਮੋੜ ਤੱਕ ਪਾਣੀ ਹੈ। ਇੱਧਰੋਂ ਸਾਰਾ ਗੁਰੂ ਨਾਨਕਪੁਰਾ, ਸਾਰਾ ਮਤਲਬ ਕਿ ਆਹ ਲੱਖੀ ਰਾਮ ਵਾਲੀ ਗਲੀ, ਸਾਰੇ ਕਿਤੇ ਪਾਣੀ ਪਾਣੀ ਹੈ। ਕਿੰਨੇ ਕੁ ਫੁੱਟ ਦਾ ਪਾਣੀ ਹੋ ਗਿਆ? ਸਾਰੇ ਘੱਟੋ ਘੱਟ 3-3 ਫੁੱਟ ਪਾਣੀ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਸਿਰਕੀ ਬਾਜ਼ਾਰ ਵਿੱਚੋਂ ਪਾਣੀ ਕੱਢਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਜਿਹੜਾ ਪਾਣੀ 3-3 ਦਿਨ ਖੜ੍ਹਾ ਰਹਿੰਦਾ ਸੀ ਉਹ ਅਸੀਂ 3-4 ਘੰਟਿਆਂ ਵਿੱਚ ਹੀ ਕੱਢ ਦਿੰਦੇ ਹਾਂ। ਜਦ ਵੀ ਮੀਂਹ ਆਉਂਦਾ ਹੈ ਤਦ ਸਾਡੇ ਵਰਕਰ ਮੌਕੇ 'ਤੇ ਪਹੁੰਚਦੇ ਹਨ, ਲਗਾਤਾਰ ਮੋਟਰਾਂ ਤੇ ਪੰਪ ਚਲਾ ਕੇ ਇਸ ਮੀਂਹ ਦੇ ਪਾਣੀ ਨੂੰ ਕਢਵਾ ਦਿੱਤਾ ਜਾਂਦਾ ਹੈ। ਚਰਨਜੀਤ ਭੋਲਾ ਜੀ, ਮੇਰੀ ਧਰਮ ਪਤਨੀ ਵਾਰਡ 25 ਤੋਂ ਕੌਂਸਲਰ ਨੇ ਕਮਲਜੀਤ ਕੌਰ ਜੀ, ਤੇ ਮੈਂ ਉਹਨਾਂ ਦੀ ਡਿਊਟੀ ਨਿਭਾ ਰਿਹਾ ਜੀ। ਕੀ ਕਹਿਣਾ ਚਾਹੁੰਗੇ ਜਦੋਂ ਪਹਿਲੀ ਵਾਰ ਹੋਈ ਸੀ ਜੇ ਸਾਉਣ ਮਹੀਨੇ ਦੀ, ਤੇ ਪਾਣੀ ਫਿਰ ਅੱਗੇ ਵਾਂਗੂ ਨਹੀਂ ਖੜਾ ਜੀ? ਦੇਖੋ ਜੀ, ਹਰ ਹੀਲੇ ਕਰਕੇ ਪਹਿਲੇ ਇਸ ਬਾਜ਼ਾਰ ਦੇ ਵਿੱਚ 3-3, 4-4 ਦਿਨ ਪਾਣੀ ਖੜਦਾ ਸੀ। ਤੁਸੀਂ ਵੀ ਇੱਥੋਂ ਦੇ ਜੰਮ ਪਾਲੋ, ਤੁਸੀਂ ਵੀ ਇੱਥੇ ਵੀ ਰਹਿੰਦੇ ਹੋ ਜੀ। ਹੁਣ ਜੀ ਜੋ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ, ਬੜੇ ਹੀਲੇ ਕਰਕੇ ਇੱਕੋ ਦੇਖੋ ਵੱਡੀ ਮੋਟਰ ਲੱਗੀ ਜੀ, 2 ਮੋਟਰਾਂ ਅਸੀਂ ਹੋਰ ਲਵਾਤੀਆਂ ਜੀ, ਆਹ ਟਰੈਕਟਰ ਚੱਲ ਰਿਹਾ, 4 ਥਾਵਾਂ 'ਤੇ ਪਾਣੀ, ਐਂ ਮੰਨ ਕੇ ਚੱਲੋ ਵੀ 30 ਇੰਚੀ ਪਾਣੀ ਨਿਕਲ ਰਿਹਾ ਲਗਾਤਾਰ ਜੀ, ਜੇ 4 ਮੋਟਰ ਆਪਾਂ ਜੋੜ ਜੀ ਇਕੱਠਿਆਂ ਨੂੰ। ਅਤੇ ਬਾਊ ਜੀ, ਜਿਹੜਾ 4 ਦਿਨ ਦਾ ਪਾਣੀ ਸੀਗੇ ਹੁਣ 4 ਘੰਟੇ 'ਤੇ ਆ ਗਿਆ ਜੀ, ਔਰ ਇਸ ਤੋਂ ਜ਼ਿਆਦਾ ਅਸੀਂ ਕੀ ਕਰ ਸਕਦੇ? ਅਸੀਂ ਰੱਬ ਤਾਂ ਹੈ ਨਹੀਂ, ਅਸੀਂ ਇਨਸਾਨ ਹਾਂ ਜੀ, ਕੁਦਰਤ ਦੀ ਇਹ ਮਾਰ ਹੈ। ਸਗੋਂ ਲੋਕ ਤਾਂ ਖੁਸ਼ ਆ ਵੀ ਬਰਸਾਤ ਪੈ ਗਈ। ਦੇਖੋ, ਇੱਕ ਦਿਨ ਦੁਕਾਨ ਬੰਦ ਵੀ ਕੋਈ ਗੱਲ ਨਹੀਂ ਹੁੰਦੀ, ਘਰੇ 100-200 ਖਾਂਦੇ ਫਿਰ ਉਹ ਦੁਕਾਨਾਂ ਬੰਦ ਕਰ ਲੈਂਦੇ ਆ ਜੀ, ਕਿੱਡੀ ਗਜ਼ ਗੱਲ ਹੈ। ਸਾਰਾ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ, ਦਾਸ ਵੀ ਤੁਹਾਡੇ ਸੇਵਾ 'ਚ ਖੜਾ ਜੀ, ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਲੇਬਰ ਲੱਗੀ ਹੋਈ ਹੈ, ਜਿੱਥੇ ਰੋਡ ਜਾਲੀਆਂ ਬੰਦ ਹੋਈ ਨਹੀਂ ਉੱਥੇ ਸਪੈਸ਼ਲ ਮੌਜਾਂ ਵੀ ਕੱਢ ਰਹੇ ਹਾਂ ਜੀ, ਅਸੀਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਜੀ। ਮੌਸਮ ਭਾਗ ਨੇ ਦੱਸਿਆ ਕਿ ਵੀ ਅੱਜ 4 ਦਿਨ ਪਾਣੀ ਮੀਂਹ ਪੈਣਾ, ਕਿ ਬਹੁਤ ਜ਼ਿਆਦਾ ਅੱਛੀ ਗੱਲ ਹੈ ਜੀ। ਮੈਂ ਕਹਿੰਦਾ ਜ਼ਿੰਮੀਦਾਰਾਂ ਭਾਜ ਵਾਸਤੇ ਅੱਛੀ ਗੱਲ ਹੈ ਜੀ, ਕਿਸਾਨਾਂ ਵਾਸਤੇ ਅੱਛੀ ਗੱਲ ਹੈ ਜੀ। ਆ ਸਾਡੇ ਜੀਵ ਜੰਤੂ ਪਕਸ਼ੀ ਜਿਹੜੇ ਵਿਚਾਰੇ ਗਰਮੀ ਨਾਲ ਮਾਰੇ ਸੀਗੇ, ਲੋਕ ਨੂੰ ਪਾਣੀ ਨਹੀਂ ਪੈਂਦਾ ਨਾ ਉਹਨੂੰ, ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹ ਜੀਵ ਜਦ ਕਦੋਂ ਪਕਸ਼ੀ ਕਿਵੇਂ ਭੰਗੜੇ ਪਾ ਰਹੇ ਨੇ, ਇਹ ਤਾਂ ਕੁਦਰਤ ਨੂੰ ਲੋਕ ਨੇ ਦਿੱਤਾ। ਰੋਜ਼ ਦੀ ਬਰਸਾਤ ਕਦੇ ਪਊਗੀ, ਕਦੋਂ ਪਵੇਗੀ? ਅਤੇ ਕੱਲ੍ਹ ਦਾ ਦਿਨ ਬਹੁਤ ਅੱਛਾ ਸੀਗਾ, ਮਹਾਰਾਜ ਨੇ ਤੁਹਾਡੀ ਸੁਣ ਲਈ, ਬਰਸਾਤ ਹੋ ਗਈ ਕੋਈ, ਇਹ ਤਾਂ ਰੂਟੀਨ ਚੀਜ਼ਾਂ ਨੇ ਜੀ, ਇਹ ਤਾਂ ਚੱਲਦਾ ਰਹੂਗਾ, ਕੋਈ ਸਰਕਾਰ ਆ ਜਾਵੇ, ਕੋਈ ਸਰਕਾਰ ਇਹ ਚੱਲਦਾ ਰਹੂਗਾ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।